ਚਿੱਟੀ ਮੱਖੀ ਉੱਤੇ ਕਾਬੂ ਕੀਤਾ ਜਾ ਸਕਦਾ ਹੈ। ਆਓ ਜਾਣੀਏ ਇਸ ਦੇ ਹਮਲੇ ਦੇ ਕਾਰਨ। ਬੀਟੀ ਨਰਮੇ ਉੱਪਰ ਚਿੱਟੀ ਮੱਖੀ ਦੇ ਹਮਲੇ ਦੇ ਵਧਣ ਦੇ ਕਈ ਕਾਰਨ ਹਨ, ਜਿਨ੍ਹਾਂ ਦੇ ਵਿੱਚੋਂ ਪਿਛੇਤੀ ਬਿਜਾਈ ਦਾ ਹੋਣਾ, ਸੰਘਣੀ ਬਿਜਾਈ ਦਾ ਹੋਣਾ ਅਤੇ ਮੌਸਮ ਅਨੁਕੂਲ ਹੋਣ ਦੀ ਹਾਲਤ ਵਿੱਚ ਚਿੱਟੀ ਮੱਖੀ ਦਾ ਹਮਲਾ ਹੋਰ ਵੀ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਪ੍ਰਮੁੱਖ ਕਾਰਨਾਂ ਦੇ ਵਿੱਚੋਂ ਸਹੀ ਢੰਗ ਦੇ ਨਾਲ ਛਿੜਕਾਅ ਨਾ ਕਰਨਾ ਵੀ ਇਸ ਦੇ ਹਮਲੇ ਦੇ ਵਿੱਚ ਵਧਾਉਣ 'ਚ ਮਦਦ ਕਰਦਾ ਹੈ। ਸੋ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਨਰਮੇ ਦੀ ਫਸਲ ਦੇ ਉੱਤੇ ਚਿੱਟੇ ਮੱਛਰ ਦੀ ਰੋਕਥਾਮ ਲਈ ਛਿੜਕਾਅ ਨੂੰ ਸਹੀ ਢੰਗ ਦੇ ਨਾਲ ਕਰਨ ਤਾਂ ਕਿ ਇਸ ਦੇ ਹਮਲੇ ਨੂੰ ਵਧਣ ਤੋਂ ਬਚਾਇਆ ਜਾ ਸਕੇ। ਹਾਂ, ਯਾਦ ਰਹੇ, ਸਹੀ ਢੰਗ ਦੇ ਨਾਲ ਛਿੜਕਾਅ ਕਰਕੇ ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਬਚਾਇਆ ਜਾ ਸਕਦਾ ਹੈ। ਇਸ ਦੇ ਲਈ ਯੂਨੀਵਰਸਿਟੀ ਵੱਲੋਂ ਛਿੜਕਾਅ ਕਰਨ ਦੇ ਲਈ ਦੋ ਯੰਤਰਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਹੱਥ ਨਾਲ ਚੱਲਣ ਵਾਲਾ ਪਿੱਠੂ ਸਪਰੇਅਰ ਤੇ ਟਰੈਕਟਰ ਦੇ ਨਾਲ ਚੱਲਣ ਵਾਲਾ ਬੂਮ ਸਪਰੇਅਰ। ਪਿੱਠੂ ਵਾਲੇ ਪੰਪ ਦੇ ਲਈ ਨੋਜ਼ਲ ਦੀ ਚੋਣ ਕਰਨਾ ਬਹੁਤ ਮਹੱਤਵਪੂਰਨ ਹੈ। ਕਿਸਾਨ ਵੀਰੋ, ਜਦੋਂ ਵੀ ਤੁਸੀਂ ਨਰਮੇ ਦੀ ਫਸਲ 'ਤੇ ਕੀੜੇ ਮਕੌੜਿਆਂ ਦੀ ਰੋਕਥਾਮ ਲਈ ਛਿੜਕਾਅ ਕਰਨਾ ਹੈ ਤਾਂ ਨੋਜ਼ਲ ਦਾ ਖਾਸ ਖਿਆਲ ਰੱਖਣਾ ਹੈ। ਸੋ ਨਰਮੇ ਦੀ ਫਸਲ 'ਤੇ ਕੀੜੇ ਮਕੌੜਿਆਂ ਦੀ ਰੋਕਥਾਮ ਲਈ, ਖਾਸ ਕਰਕੇ ਚਿੱਟੀ ਮੱਖੀ ਦੀ ਰੋਕਥਾਮ ਲਈ, ਜੋ ਅਸੀਂ ਠੋਸ ਕੋਣ ਵਾਲੀ ਨੋਜ਼ਲ ਵਰਤਣੀ ਹੈ। ਇਸ ਨੋਜ਼ਲ ਦਾ ਜਿਹੜਾ ਫਾਰਾ ਬਹੁਤ ਹੀ ਬਰੀਕ ਮਹੀਨ ਹੁੰਦਾ ਹੈ ਅਤੇ ਗੋਲ ਹੁੰਦਾ ਹੈ ਅਤੇ ਸਾਰੇ ਬੂਟੇ 'ਤੇ ਚੰਗੀ ਤਰ੍ਹਾਂ ਨਾਲ ਛਿੜਕਾਅ ਕਰਦਾ ਹੈ। ਕਿਸਾਨ ਵੀਰੋ, ਦੂਜਾ ਇਹ ਖਿਆਲ ਰੱਖਣਾ ਹੈ, ਜਦੋਂ ਤੁਸੀਂ ਨੋਜ਼ਲ ਸਹੀ ਲਾਈ ਹੋਈ ਹੈ ਅਤੇ ਜਿਹੜਾ ਛਿੜਕਾਅ ਵਾ ਉਹ ਪੱਟੀ ਦੇ ਵਿੱਚ ਕਰਨਾ ਹੈ, ਨਾ ਕਿ ਨੋਜ਼ਲ ਨੂੰ ਇੱਧਰ ਉੱਧਰ ਨਹੀਂ ਘੁਮਾਉਣਾ। ਜੇ ਇਸ ਤਰ੍ਹਾਂ ਆਪਾਂ ਨੋਜ਼ਲ ਨੂੰ ਇੱਧਰ ਉੱਧਰ ਘੁਮਾ ਕੇ ਛਿੜਕਾਅ ਕਰਦੇ ਹਾਂ ਤਾਂ ਫਸਲ ਦੇ ਵਿੱਚ ਪਾੜੇ ਰਹਿ ਜਾਂਦੇ ਹਨ। ਉਹ ਪਾੜਿਆਂ ਦੇ ਵਿੱਚ ਕੀੜਾ ਜਿਹੜਾ ਉੱਥੇ ਫੇਰ ਦੁਬਾਰਾ ਪਲ ਜਾਂਦਾ ਹੈ, ਵੱਧਦਾ ਫੁੱਲਦਾ ਹੈ ਅਤੇ ਨਰਮੇ ਦੀ ਫਸਲ 'ਤੇ ਹਮਲਾ ਕਰ ਦਿੰਦਾ ਹੈ। ਸੋ ਇਹ ਜ਼ਰੂਰ ਖਿਆਲ ਰੱਖਣਾ ਹੈ ਕਿ ਠੋਸ ਕੋਣ ਵਾਲੀ ਨੋਜ਼ਲ ਵਰਤਣੀ ਹੈ ਅਤੇ ਪਾਣੀ ਦੀ ਸਹੀ ਮਿਕਦਾਰ ਵਰਤਣੀ ਹੈ ਅਤੇ ਪੱਟੀ ਦੇ ਵਿੱਚ ਛਿੜਕਾਅ ਕਰਨਾ ਹੈ। ਇਸ ਪੰਪ ਦੇ ਨਾਲ ਛਿੜਕਾਅ ਕਰਨ ਦੇ ਲਈ ਤਕਰੀਬਨ 125 ਤੋਂ 150 ਲੀਟਰ ਪਾਣੀ ਪ੍ਰਤੀ ਏਕੜ ਦੀ ਲੋੜ ਪੈਂਦੀ ਹੈ। ਇਸ ਦਾ ਫੁਆਰਾ ਇੱਕ ਗੇਟ 'ਚ 2 ਮੀਟਰ ਚੌੜਾਈ 'ਚ ਛਿੜਕਾਅ ਕਰਦਾ ਹੈ। ਛਿੜਕਾਅ ਕਰਦੇ ਸਮੇਂ ਨੋਜ਼ਲ ਨੂੰ ਇੱਧਰ ਉੱਧਰ ਘੁਮਾਉਣਾ ਨਹੀਂ ਚਾਹੀਦਾ, ਸਗੋਂ ਪੱਟੀਆਂ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ। ਨੋਜ਼ਲ ਨੂੰ ਘੁਮਾਉਣ ਦੇ ਨਾਲ ਪਾੜੇ ਰਹਿ ਜਾਂਦੇ ਹਨ ਜੋ ਕੀੜਿਆਂ ਨੂੰ ਵਧਣ ਫੁੱਲਣ ਦਾ ਕੰਮ ਕਰਦੇ ਹਨ। ਛਿੜਕਾਅ ਕਰਨ ਤੋਂ ਪਹਿਲਾਂ ਸਪਰੇਅਰ ਨੂੰ ਚੈੱਕ ਕਰ ਲੈਣਾ ਚਾਹੀਦਾ ਹੈ। ਇਸ ਵਿੱਚ ਪੂਰਾ ਦਬਾਅ ਬਣਦਾ ਹੈ, ਕੋਈ ਲੀਕੇਜ ਤਾਂ ਨਹੀਂ। ਜੇਕਰ ਹਵਾ ਤੇਜ ਚਲਦੀ ਹੋਵੇ ਜਾਂ ਬਦਲਵਾਈ ਹੋਵੇ, ਛਿੜਕਾਅ ਬਿਲਕੁਲ ਨਾ ਕਰੋ। ਛਿੜਕਾਅ ਕਰਨ ਵਾਲੇ ਕਾਮੇ ਨੂੰ ਛਿੜਕਾਅ ਕਰਨ ਸਮੇਂ ਆਪਣੀ ਰਫ਼ਤਾਰ ਇਕਸਾਰ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਇਕਸਾਰ ਛਿੜਕਾਅ ਹੋ ਸਕੇ। ਟਰੈਕਟਰ ਨਾਲ ਚੱਲਣ ਵਾਲਾ ਸਪਰੇਅਰ ਨਰਮੇ ਲਈ ਸਿਫਾਰਿਸ਼ ਕੀਤਾ ਜਾਂਦਾ ਹੈ। ਇਸ ਸਪਰੇਅ ਵਿੱਚ ਸੈਂਟਰੀਫਿਊਗਲ ਪੰਪ ਲੱਗਾ ਹੁੰਦਾ ਹੈ, ਜਿਸ ਨੂੰ ਟਰੈਕਟਰ ਦੀ ਪੀਟੀਓ ਸੌਫਟ ਨਾਲ ਚਲਾਇਆ ਜਾਂਦਾ ਹੈ। ਪਾਣੀ ਲਈ ਟੈਂਕ ਬਣਿਆ ਹੁੰਦਾ ਹੈ, ਬੂਮ ਅਤੇ ਨੋਜ਼ਲਾਂ ਲੱਗੀਆਂ ਹੁੰਦੀਆਂ ਹਨ। ਟਰੈਕਟਰ ਦੇ ਨਾਲ ਛਿੜਕਾਅ ਕਰਨ ਦੇ ਲਈ 25 ਤੋਂ 30 ਹਾਰਸ ਪਾਵਰ ਦੇ ਟਰੈਕਟਰ ਦੀ ਲੋੜ ਪੈਂਦੀ ਹੈ। ਬੂਮ ਦੀ 75 ਸੈਂਟੀਮੀਟਰ ਦੀ ਵਿੱਥ ਤੇ 13 ਨੋਜ਼ਲਾਂ ਲੱਗੀਆਂ ਹੁੰਦੀਆਂ ਹਨ। ਨੋਜ਼ਲਾਂ ਵਿਚਕਾਰ ਫਾਸਲਾ ਘਟਾਇਆ ਵਧਾਇਆ ਜਾ ਸਕਦਾ ਹੈ।
ਕਿਸਾਨ ਵੀਰੋ ਜਿਹੜਾ ਇਹ ਸਪਰੇਅਰ ਹੈਗਾ ਟਰੈਕਟਰ ਨਾਲ ਚੱਲਦਾ ਹੈ, ਇਸ ਦੇ ਲਈ ਆਪਾਂ ਨੂੰ 30 ਤੋਂ 35 ਹੌਸ ਪਾਵਰ ਦਾ ਟਰੈਕਟਰ ਚਾਹੀਦਾ ਹੈ। ਇਸ ਦੇ ਵਿੱਚ ਜਿਹੜੀ ਬੂਮ ਟਾਈਪ ਸਪਰੇਅਰ ਲੱਗਿਆ ਹੋਇਆ ਹੈਗਾ, ਇਹ ਬੂਮ ਦੀ ਜਿਹੜੀ ਲੈਂਥ ਹੈਗੀ ਹੈ ਤਕਰੀਬਨ ਇਹ 10 ਮੀਟਰ ਦਾ ਸਪਰੇਅ ਕਰਦੀ ਹੈਗੀ ਆ। ਇਸ ਦੇ ਵਿੱਚ ਜਿਹੜੀਆਂ ਹੈਗੀਆਂ 13 ਨੋਜ਼ਲਾਂ ਲੱਗੀਆਂ ਹੋਈਆਂ, 2 ਨੋਜ਼ਲਾਂ ਦੇ ਵਿਚਕਾਰ ਜਿਹੜਾ ਡਿਸਟੈਂਸ ਹੈਗੀ ਹੈ, ਦੂਰੀ ਹੈਗੀ ਹੈ 75 ਸੈਂਟੀਮੀਟਰ ਹੈ। ਇਹ ਦੂਰੀ ਆਪਾਂ ਘੱਟ ਵੱਧ ਕਰ ਸਕਦੇ ਹਾਂ। ਇਸ ਸਪਰੇਅਰ ਨੂੰ ਜਦੋਂ ਆਪਾਂ ਖੇਤ ਵਿੱਚ ਚਲਾਉਂਦੇ ਹਾਂ ਤਾਂ ਇਸ ਨਾਲ ਆਪਾਂ 1 ਘੰਟੇ ਦੇ ਵਿੱਚ ਜਿਹੜੇ ਹੈਗੇ 3 ਏਕੜ ਕਵਰ ਕਰ ਸਕਦੇ ਹਾਂ। ਇਸ ਤੋਂ ਇਲਾਵਾ ਇਸ ਜਦੋਂ ਆਪਾਂ ਟਰੈਕਟਰ ਨਾਲ ਜਦੋਂ ਚਲਾਉਂਦੇ ਹੈਗੇ ਤਾਂ ਇਸ ਲਈ ਸਿਰਫ ਆਪਾਂ ਨੂੰ 1 ਬੰਦਾ ਚਾਹੀਦਾ ਹੈ, 1 ਬੰਦੇ ਨਾਲ ਹੀ ਆਪਾਂ ਜਿਹੜੇ 3 ਏਕੜ ਕਵਰ ਕਰ ਲੈਂਦੇ ਹਾਂ। ਦੂਸਰਾ ਇਸ ਤੋਂ ਇਲਾਵਾ ਇਸ ਦੇ ਫਾਇਦੇ ਇਹ ਹੈਗਾ ਵੀ ਇਹ ਜਿਹੜਾ ਹੈਗਾ ਓਪਰੇਟਰ ਲਈ ਸੇਫ ਹੈਗਾ। ਜਿਹੜੀਆਂ ਟੈਕਨੋਲੋਜੀ ਤੁਸੀਂ ਵਰਤ ਰਹੇ ਹੋਗੇ ਖੇਤ ਦੇ ਵਿੱਚ, ਜਿਹੜੀਆਂ ਸਿਫਾਰਿਸ਼ ਨਹੀਂ ਯੂਨੀਵਰਸਿਟੀ ਵੱਲੋਂ, ਉਹ ਜਿਹੜੀ ਹੈਗੀ ਓਪਰੇਟਰ ਲਈ ਸੇਫਟੀ ਨਹੀਂ ਹੈਗੀ ਹੈ। ਸੋ ਇਹ ਜਿਹੜੀ ਹੈਗੀ ਆ ਮਸ਼ੀਨ ਨੂੰ ਆਪਾਂ ਸਪਰੇਅਰ ਨੂੰ ਜਦੋਂ ਖੇਤ ਦੇ ਵਿੱਚ ਚਲਾ ਸਕਦੇ ਹਾਂ, ਜਦੋਂ ਟਰੈਕਟਰ ਤੁਹਾਡੇ ਖੇਤ ਦੇ ਵਿੱਚ ਜਿਹੜੀ ਕਪਾਹ ਨਰਮੇ ਦੀ ਜਿਹੜੀ ਹਾਈ ਉਚਾਈ ਜਿਹੜੀ ਜ਼ਿਆਦਾ ਹੋ ਜਾਂਦੀ ਹੈ, ਤਾਂ ਆਪਾਂ ਉਹਦੇ ਲਈ ਇਸ ਸਪਰੇਅਰ ਨੂੰ ਆਪਾਂ ਹਾਈ ਕਲੀਅਰੈਂਸ ਟਰੈਕਟਰ 'ਤੇ ਵੀ ਵਰਤ ਸਕਦੇ ਹਾਂ, ਜਿਸ ਨਾਲ ਜਿਹੜੀ ਹੈਗੀ ਆਪਣਾ ਟਰੈਕਟਰ ਖੇਤ ਦੇ ਵਿੱਚ ਹੀ ਚਲਾ ਜਾਂਦਾ ਹੈ ਅਤੇ ਜਿਹੜੀ ਇੱਕ ਸਾਰ ਸਪਰੇਅ ਹੁੰਦੀ ਹੈ ਯੂਨੀਫਾਰਮ ਸਪਰੇਅ ਹੁੰਦੀ ਹੈ, ਅਤੇ ਜਿਸ ਨਾਲ ਹੈਗੇ ਆਪਾਂ ਕੀੜੇ ਮਕੌੜਿਆਂ ਦਾ ਹੈਗਾ ਕੰਟਰੋਲ ਕਰ ਸਕਦੇ। ਇਹ ਸਪਰੇਅਰ 1 ਗੇੜ ਵਿੱਚ 10 ਮੀਟਰ ਚੌੜਾਈ 'ਚ ਛਿੜਕਾਅ ਕਰਦਾ ਹੈ। ਛਿੜਕਾਅ ਕਰਦੇ ਸਮੇਂ ਟਰੈਕਟਰ ਦੀ ਸਪੀਡ 2.5 ਤੋਂ 3.5 ਕਿਲੋਮੀਟਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਛਿੜਕਾਅ ਕਰਨ ਦੇ ਨਾਲ ਅਸੀਂ ਚਿੱਟੀ ਮੱਖੀ ਉੱਤੇ ਕਾਬੂ ਪਾ ਸਕਦੇ ਹਾਂ ਅਤੇ ਚੰਗੀ ਫਸਲ ਪੈਦਾ ਕਰ ਸਕਦੇ ਹਾਂ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਗਿਆਨੀ ਹਮੇਸ਼ਾ ਤੋਂ ਕਿਰਸਾਨੀ ਦੀ ਸੇਵਾ ਦੇ ਲਈ ਵਚਨਬੱਧ ਰਹੇ ਹਨ ਅਤੇ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਸਿਫਾਰਿਸ਼ਾਂ ਨੂੰ ਅਪਣਾ ਕੇ ਤੁਸੀਂ ਨਰਮੇ ਕਪਾਹ ਦੀ ਨਰੋਈ ਫਸਲ ਪ੍ਰਾਪਤ ਕਰੋਗੇ। ਹੋਵੇ ਨਾ ਨੁਕਸਾਨ ਨਰਮੇ ਦੀ ਫਸਲ ਨੇ।